ਮਾਝੇ ਦਾ ਮੁੰਡਾ ਰੋਪੜ ਤੇ ਵਿੱਚੋਂ ਬਰਸ਼ਾਲਪੁਰੀ ਅਰਸ਼ ਉਹ ਪਹਿਲੀ ਕਬੱਡੀ ਇਹ ਮਾਝੇ ਦੇ ਮਝੈਲ ਰਮਦਾਸ ਦੀ ਧਰਤੀ ਦੇ ਘੋੜੇ ਦੀ ਆ ਫਾਈਨਲ ਦੀ ਪਹਿਲੀ ਕਬੱਡੀ ਰਮਦਾਸ ਵਾਲੇ ਨੇ ਚੰਡੀਗੜ੍ਹ ਵਾਲੇ ਗੱਭਰੂ ਦੀ ਛਾਤੀ 'ਚ ਟੱਚ ਤੇ ਪੁਆਇੰਟ ਧਾਵੀ ਦੇ ਖਾਤੇ ਆ ਆ ਦਿਆਲਪੁਰਾ ਪਿੰਡ ਹੈ ਹੁਣ ਦੇ ਵਕਤ ਦਾ ਕਹਿੰਦੇ ਚੜ੍ਹਦੀ ਅਵਸਥਾ ਦਾ ਸੁਪਰ ਸਟਾਰ ਹੈ ਇਹ ਕਰਨਾ ਮੁੰਡਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ रमदास वाला घोड़ा अगली कबड्डी पाउण दे लई तैयार पर तैयार है बलूके ने टूरनामेंट दा कहिंदे ग्रैंड फाइनल चल रहा है एक एक रेड पई आ ते कहिंदे अगली रेड पाउण दे लई घोड़ा फिर खेल मैदान दे अंदर वाधा होया है काफी चार ने चारों दे विचों कौन बल्ले बल्ले कराऊगा ये ते आउण वाला समां दसूगा आओ पैंदी रेड आ घोड़े दे सिरे दी टक्कर नंबर जाफियां दा बेस्टा नूं कहिंदे 11 11 हजार दित्ता जा रहा है टोनी सतनाम ढिल्लो तारी गुरलाल ਬਿੰਦਰ ਸਕਤਾ ਮਨਿੰਦਰ ਰਘਬੀਰ ਗੁਰਬਿੰਦਰ ਨਾਲ ਬੰਟੀ ਸ਼ਰਮਾ ਤੇ ਪੀਤਾ ਇਹਨਾਂ ਵੱਲੋਂ ਜੇ ਘੋਲੀਏ ਵਾਲਾ ਕੀਪਾ ਜਫਾ ਲਾਵੇਗਾ ਨਾ ਤੇ 1100 ਰੁਪਇਆ ਹੋਵੇਗਾ ਖੁਖਰਾਜ ਜੀ ਲਓ ਸਾਹਮਣੇ ਕਹਿੰਦੇ ਬਰਕਰਨ ਦੀ ਕਬੱਡੀ ਪੈ ਰਹੀ ਹੈ ਘੋਲੀਏ ਦੀ ਟੀਮ ਸਪਾਂਸਰ ਕਰਨ ਦੇ ਵਿੱਚ ਸਾਡੇ ਗੋਰਾ ਬਾਬਾ ਜੀ ਟੋਨੀ ਢਿੱਲੋਂ ਸਤਨਾਮ ਢਿੱਲੋਂ ਮੋਟਾ ਹਿੰਮਤਪੁਰਾ ਗਿਆਨੀ ਰਾਉਕੇ ਤੇ ਨਾਲ ਖੈਰਾ ਘੋੜੀਆਂ ਵਾਲਾ ਬਰਾੜ ਚਲਕ ਦੇ ਅਮਰਜੀਤ ਕਨੇਡਾ ਇਹਨਾਂ ਵੀਰਾਂ ਦੇ ਵੱਡੇ ਯੋਗਦਾਨ ਘੋੜਾ ਰਮਦਾਸ ਵਾਲਾ ਕਿ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਾਫੀਆਂ ਦੇ ਮੂਰੇ ਪਹਾੜ ਬਣ ਕੇ ਰੇਡਰ ਨਸਣਗੇ ਵਾਂਗਰਾ ਪਾਉਣ ਦੇਖੋ ਆ ਪੈਂਦੀ ਰੇਡ ਆ ਲੱਗਦਾ ਜੋਰ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਅਰਸ਼ ਦੇ ਘੋੜਾ ਆ ਬੱਲੇ 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 ਇੱਥੇ ਰੱਖ ਪੁਆਇੰਟ ਅਰਸ਼ ਦੇ ਖਾਤੇ ਆ ਅਰਸ਼ ਦੇ ਖਾਤੇ ਆ ਉਧਰ ਨਿਰਮਲ ਸਿੰਘ ਸਰਪੰਚ ਹੋਰੀ ਗੱਦੀ ਢਾਲ ਢਾਲੀਵਾਲ ਬਹੁਤ ਸਾਰਾ ਮੋਹ ਪੁੱਜਦਾ ਕਰਦੇ ਨੇ ਇੱਧਰ ਕਬੱਡੀ ਪਾਉਣ ਦੇ ਲਈ ਉਹ ਜੁਗਨੂ ਉਹ ਜੁਗਨੂ ਉਹ ਜੁਗਨੂ ਇਹ ਜੁਗਨੂ ਹੈ ਉਹ ਜੁਗਨੂ ਨਹੀਂ ਜਿਹੜਾ ਜਗਦਾ ਬੁੱਝਦਾ ਇਹ ਉਹ ਜੁਗਨੂ ਹੈ ਜਿਹੜੇ ਨੇ ਕਈਆਂ ਦੇ ਦੀਵੇ ਗੁੱਲ ਕਰਨੇ ਆ ਕਈਆਂ ਦੇ ਦੀਵੇ ਗੁੱਲ ਕਰਨੇ ਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਆ ਘੋਲੀਏ ਵਾਲਾ ਕੇਸੀ ਪੱਤਰਾ ਦੇ ਤਾਰੂ ਉਹ ਸ਼ੀਰਾ ਧੂੜਕੋਟ ਵਾਲਾ ਉਹ ਗੋਪੀ ਦਾ ਚੇਲਾ ਉਹ ਮੋੜੇ ਦਾ ਪਿੰਡੂ ਜੇ ਗੱਲ ਕਰੀਏ ਨਾ ਆ ਨੌਜਵਾਨ ਨੇ ਧੁੰਨ ਕੇ ਜਫਾ ਲਾਇਆ ਲਓ ਸਾਹਮਣੇ ਕਹਿੰਦੇ ਬਲਕਾਰ ਨੇ ਕਬੱਡੀ ਪਾਉਣ ਦੇ ਲਈ ਅੱਗੇ ਵਾਰ ਵਾਧਾ ਹੋਇਆ ਫਾਈਨਲ ਚੱਲ ਰਿਹਾ ਮਲੂਕੇ ਦੇ ਟੂਰਨਾਮੈਂਟ ਦਾ ਗ੍ਰੈਂਡ ਫਾਈਨਲੇ ਆ ਪਈ ਹੋਈ ਕਬੱਡੀ ਦੇ ਚੌਹਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਇੱਕ ਪਾਸੇ ਕੀਪਾ ਲੱਗਾ ਹੋਇਆ ਦੂਸਰੇ ਪਾਸੇ ਕੁਲਵੀਰ ਲੱਗਾ ਹੋਇਆ ਵਿਚਕਾਰ ਜੁਗਰੂ ਲੱਗਾ ਹੋਇਆ ਆ ਚਾਰਾਂ ਦੇ ਵਿੱਚੋਂ ਕੌਣ ਆ ਪੈਂਦੀ ਰੇਡ ਲੱਗਦਾ ਜੋਰ ਪਰ ਕਲਿਆਣ ਵਾਲਾ ਬਲਕਾਰ ਨਾ ਆ ਫਾਟਾ ਵੜਦਾ ਤੁਰਿਆ ਆਉਂਦਾ ਉਹਦੇ ਫਾਟਾ ਵੜਦਾ ਤੁਰਿਆ ਆਉਂਦਾ ਜਾਲਪੁਰੇ ਦੇ ਕਰਨ ਦੇ ਲਈ 500 ਰੁਪਇਆ ਪੁੱਜਦਾ ਕੀਤਾ ਵੀਰ ਗੁਰਵਿੰਦਰ ਨੇ ਆ ਵੀਰ ਕਿੱਥੇ ਆ ਤੁਹਾਡਾ ਜਿਹੜੇ ਕਿ ਅਕਾਊਂਟੈਂਟ ਉਹ ਤੁਹਾਡਾ ਉਹ ਮੈਨੇਜਰ ਕਿੱਥੇ ਆ ਤੁਹਾਡਾ ਕੈਸ਼ੀਅਰ ਆਪਣੇ ਪੈਸੇ ਜਮ੍ਹਾਂ ਕਰਵਾਵੇ ਜਾਲਪੁਰੇ ਦਾ ਜਿਵੇਂ ਕਹਿੰਦੇ ਕਰਨ ਦੇ ਲਈ ਗੁਰਵਿੰਦਰ ਦੇ ਵੱਲੋਂ 500 ਹੈ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਇੱਕ ਇੱਕ ਰੇਡ ਬੜੀ ਕੀਮਤੀ ਆ ਆ ਰਮਦਾਸ ਵਾਲਾ ਉਹ ਭੱਜਦਾ ਹੋਇਆ ਉਹ ਬੱਲੇ 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 ਅੰਕ ਜਿਹੜਾ ਧਾਵੀ ਦੇ ਖਾਤੇ ਆ ਕਰਨ ਜਾਲਪੁਰੇ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਕਰਨ ਦੀ ਰੇਡ ਸੁਖੀ ਲੋਪੋ ਛੱਡੇ ਤੀਰ ਪਿੱਛੇ ਨਹੀਂ ਉਹ ਮੁੜਦੇ ਅੰਨਾ ਜੋਰ ਪਤਾ ਲੱਗੇ ਜਦੋਂ ਹੱਥ ਜੁੜਦੇ ਪਹਿਲੀ ਵਾਰੀ ਹਾਰੇ ਦਾ ਨਾ ਕਰ ਪਛਤਾਵਾ ਜਿਹੜਾ ਮਾਰਦਾ ਉਹ ਵਾਲੇ ਤੱਤਾ ਖੂਨ ਹੋਣਾ ਚਾਹੀਦਾ ਹੌਸਲੇ ਦੇ ਮੂਹਰੇ ਜਿੱਤ ਗੋਡੇ ਟੇਕਦੀ ਤੇ ਜਿੱਤਣ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ ਜਿੱਤਣ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ ਆ ਨੌਜਵਾਨ ਘੋੜਾ ਫਿਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਹ ਜੱਟ ਰਮਦਾਸ ਤੋਂ ਆਇਆ ਹੋਇਆ ਹੈ ਨੈਸ਼ਨਲ 에어ਪੋਰਟ ਦੇ ਕੋਲੋਂ ਚੱਲ ਕੇ ਆਇਆ ਹੋਇਆ ਉਧਰ ਕਹਿੰਦੇ ਫਿਰ ਰੋਪੜ ਦਾ ਫਿਰ ਰੋਪੜ ਦਾ ਮੁੰਡਾ ਚੰਡੀਗੜ੍ਹ ਏਰੀਏ ਦਾ ਬਰਸ਼ਾਲਪੁਰ ਦੀ ਧਰਤੀ ਦਾ ਅਰਸ਼ ਐ ਤੁੰਨ ਤੁੰਨ ਕੇ ਐਨ ਕਹਿੰਦਾ ਘੁਮਿਆਰ ਦੇ ਭਾਂਡੇ ਵਾਂਗੂ ਟਣਕਾ ਟਣਕਾ ਕੇ ਜੱਫੇ ਲਾਉਂਦਾ ਹੈ ਕੁਲਵੀਰ ਜਟਾਣਿਆਂ ਵਾਲੇ ਦੇ 3 ਜੱਫੇ 1100 ਰੁਪਏ ਦੇ ਕਮਲ ਲਓ ਸਾਹਮਣੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ ਆ ਦੇਖੋ ਅਗਲੀ ਕਬੱਡੀ ਪਾਉਣ
ਕੰਬਰੂ ਦੀ ਤੇ ਬੋਲ ਸੁਖ ਰਾਜ ਦੇ ਲਓ ਕਹਿੰਦੇ ਕਲਿਆਣ ਸੁੱਖੇ ਵਾਲਾ ਪ੍ਰਕਰਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵੀ ਕੀਪਿਆ ਦੇ ਜਿੱਤਣਾ ਦੇ ਕੁਝ ਨਾ ਕੁਝ ਕਰਨਾ ਪੈਣਾ ਆਹ ਪੈਂਦੀ ਰੇਡ ਆਹ ਜਟਾਣੇ ਵਾਲਾ ਕਲਵੀਰ ਟੁੱਟ ਕੇ ਮੂਹਰੇ ਹੋ ਗਿਆ ਆਹ ਲੱਗਦਾ ਜ਼ੋਰ ਨਹੀਂ ਹੋ ਰਿਸਾ ਆਹ ਭੱਲੇ 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 ਇੱਥੇ ਰੱਖਾ ਕਪੂਰ ਥਲੇ ਸ਼ਾਲਾਪੁਰ ਵਾਲੇ ਕਮਲਜੀਤ ਕਹਿੰਦਾ ਵੀ ਕੁਲਵੀਰ ਜੇ ਤਿੰਨ ਜੱਫੇ ਲਾਵੇਗਾ ਤੇ 1100 ਰੁਪਈਆ ਉਹਨਾਂ ਭਰਾਵਾਂ ਵੱਲ ਹੋਊ ਆਹ ਰਮਦਾਸ ਵਾਲਾ ਘੋੜਾ ਫੇਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਉਹ ਵਾਧਾ ਹੋਇਆ ਅਗਲੀ ਰੇਡ ਕਹਿੰਦੇ ਕਰਨ ਫੇਰ ਆ ਗਿਆ ਆਹ ਮੁੰਡਾ ਦਿਆਲਪੁਰੇ ਵਾਲਾ ਅੱਜ ਤੇ ਨੌਨ ਸਟਾਪ ਹੋਇਆ ਫਿਰਦਾ ਉਹ ਵੱਧ ਵੱਧ ਚੜ ਚੜ ਰੇਡਾਂ ਪਾ ਰਿਹਾ ਕਹਿੰਦੇ ਰਮਨਾ ਜਲਾਲ ਦਾ ਵੱਡਾ ਯੋਗਦਾਨ ਤੇ ਭਗਤੇ ਭਾਈ ਦੇ ਅਨਮੋਲ ਦੇ ਨਾਲ ਵੀ ਪਿਆਰ ਹੈ ਉਹ ਪੈਂਦੀ ਰੇਡ ਸਮਾਪਾ।